ਸੇਬਾਂ ਦੇ ਨਾਲ ਭਰੇ ਟਰੱਕ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਸੇਬ ਦੀਆਂ ਕਈ ਪੇਟੀਆਂ ਸੜ ਕੇ ਸਵਾਹ ਹੋਈਆਂ ਨੇ ਤੇ ਟਰੱਕ ਦਾ ਵੀ ਵੱਡਾ ਨੁਕਸਾਨ ਹੋਇਆ। ਦੱਸ ਦਈਏ ਕਿ ਇੱਕ ਟਰੱਕ ਸ਼੍ਰੀਨਗਰ ਤੋਂ ਜਦੋਂ ਗੁਹਾਟੀ ਦੇ ਲਈ ਸੇਬਾਂ ਦੇ ਨਾਲ ਭਰ ਕੇ ਰਵਾਨਾ ਕੀਤਾ ਗਿਆ ਤਾਂ ਗੁਰਾਇਆਂ ਦੇ ਕੋਲ ਜਾ ਕੇ ਕਿਹਾ ਜਾ ਰਿਹਾ ਕਿ ਅਚਾਨਕ ਹੀ ਟਰੱਕ ਦੇ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ ਖਤਰੇ ਨੂੰ ਦੇਖਦੇ ਹੋਏ ਡਰਾਈਵਰ ਸੀ ਜੋ ਟਰੱਕ ਦਾ ਉਸਨੇ ਤੁਰੰਤ ਗੱਡੀ ਨੂੰ ਸਾਈਡ ਦੇ ਵਿੱਚ ਲਗਾਇਆ ਅਤੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਸਮਾਂ ਰਹਿੰਦੇ ਫਾਇਰ ਬ੍ਰਿਗੇਡ ਪਹੁੰਚਦੀ ਹੈ ਤਾਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਹਾਲਾਂਕਿ 1090 ਪੇਟੀਆਂ ਦੱਸਿਆ ਜਾ ਰਿਹਾ ਕਿ ਇਸ ਟਰੱਕ ਦੇ ਵਿੱਚ ਸੇਬਾਂ ਦੀਆਂ ਲੱਦੀਆਂ ਹੋਈਆਂ ਸਨ ਜੋ ਕਿ ਸ਼੍ਰੀਨਗਰ ਤੋਂ ਗੁਹਾਟੀ ਦੇ ਲਈ ਰਵਾਨਾ ਕੀਤਾ ਗਿਆ ਸੀ। ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਜਿੱਥੇ ਟਰੱਕ ਜੋ ਹੈ ਉਹ ਸੜ ਕੇ ਸਵਾਹ ਹੋਇਆ ਉੱਥੇ ਹੀ ਕਈ ਸੇਬ ਦੀਆਂ ਪੇਟੀਆਂ ਦਾ ਵੀ ਵੱਡਾ ਨੁਕਸਾਨ ਹੋਇਆ। ਪਰ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਇਸੇ ਦੌਰਾਨ ਦੱਸ ਦਈਏ ਕਿ ਤਸਵੀਰਾਂ ਵੀ ਟਰੱਕ ਦੀਆਂ ਸਾਹਮਣੇ ਆਈਆਂ ਨੇ ਜਦੋਂ ਇਸ ਦੇ ਵਿੱਚ ਅੱਗ ਲੱਗੀ ਹੋਈ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਕਿਤੇ ਨਾ ਕਿਤੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ ਕਿਉਂਕਿ ਜਿਸ ਹਿਸਾਬ ਨਾਲ ਨੈਸ਼ਨਲ ਹਾਈਵੇ ਹੈ ਉਸ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਕਿ ਤੁਰੰਤ ਡਰਾਈਵਰ ਨੇ ਵੀ ਆਪਣੀ ਸਮਝਦਾਰੀ ਤੋਂ ਕੰਮ ਲਿਆ ਅਤੇ ਤੁਰੰਤ ਗੱਡੀ ਨੂੰ ਸਾਈਡ ਦੇ ਵਿੱਚ ਲਗਾ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਤੁਰੰਤ ਮੌਕੇ ਦੇ ਉੱਤੇ ਆ ਕੇ ਅੱਗ 'ਤੇ ਕਾਬੂ ਪਾਇਆ। ਦੱਸ ਦਈਏ ਕਿ ਹਾਦਸਾ ਨੈਸ਼ਨਲ ਹਾਈਵੇ 'ਤੇ ਫਿਲੌਰ ਦੇ ਕੋਲ ਵਾਪਰਿਆ। मैं हरिल हंदवारा का हूँ। गाड़ी सोपोर से आ रही थी, गवाड़ी जाना था। ये सारे आग यहाँ पे लगे थे इधर अचानक पीछे। कैसे लगी, कुछ कारण का पता लगा? कुछ का पता नहीं सर लगा हमको। आग यहाँ पे लगे सर, मैंने गाड़ी इधर साइड में लगाई सर, तो इधर आग बहुत उबल गया इसको, तो फिर टायर पूरा फट गया पीछे। टायर नया था सारे सर, और माल का भी नुकसान हो गया, गाड़ी का भी नुकसान हो गया सर। कितने का माल था गाड़ी में, कितने पेटी थी सेब की? सेब की थी सर 1090 पेटी, डब्बे उसमें थे 200 डब्बे और 900 पेटी। कितने का माल था, नुकसान कितना हो गया? मेरे ख्याल में सर माल का नुकसान हो गया मेरे ख्याल में 10-15 लाख का, और गाड़ी का भी मेरे ख्याल में नुकसान हो गया 10-15 लाख का। आप ड्राइवर हो या गाड़ी आपकी है? नहीं, ड्राइवर हूँ सर। कहाँ, श्रीनगर से आ रही थी गाड़ी? हाँ सर। तुम जानी कहाँ थी? गुवाहाटी। कारण का नहीं अभी पता लगा? आप कैसे? कोई पता नहीं लगा सर। अकेले थे आप या आप? नहीं सर, मेरे साथ दो हेल्पर है। हेल्पर सर। हाँ सर। तो आग लगने का पता लगते ही यहाँ पे रोक दी थी गाड़ी? हाँ सर। तो फायर ब्रिगेड की गाड़ी वगैरह आ गई? वो सर लेट आ गई सर, थोड़ा कुछ टाइम लग गया फायर ब्रिगेड। हाँ सर। अब ठीक है, आग बुझ गई? अब पता नहीं सर, अभी गाड़ी खाली कर रहा है, अभी कोई पता नहीं सर बुझ गया कि नहीं बुझ गया। ਸੇਬਾਂ ਦੇ ਨਾਲ ਭਰੇ ਟਰੱਕ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਸੇਬ ਦੀਆਂ ਕਈ ਪੇਟੀਆਂ ਸੜ ਕੇ ਸਵਾਹ ਹੋਈਆਂ ਨੇ ਤੇ ਟਰੱਕ ਦਾ ਵੀ ਵੱਡਾ ਨੁਕਸਾਨ ਹੋਇਆ। ਦੱਸ ਦਈਏ ਕਿ ਇੱਕ ਟਰੱਕ ਸ਼੍ਰੀਨਗਰ ਤੋਂ ਜਦੋਂ ਗੁਹਾਟੀ ਦੇ ਲਈ ਸੇਬਾਂ ਦੇ ਨਾਲ ਭਰ ਕੇ ਰਵਾਨਾ ਕੀਤਾ ਗਿਆ ਤਾਂ ਗੁਰਾਇਆਂ ਦੇ ਕੋਲ ਜਾ ਕੇ ਕਿਹਾ ਜਾ ਰਿਹਾ ਕਿ ਅਚਾਨਕ ਹੀ ਟਰੱਕ ਦੇ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ ਖਤਰੇ ਨੂੰ ਦੇਖਦੇ ਹੋਏ ਡਰਾਈਵਰ ਸੀ ਜੋ ਟਰੱਕ ਦਾ ਉਸਨੇ ਤੁਰੰਤ ਗੱਡੀ ਨੂੰ ਸਾਈਡ ਦੇ ਵਿੱਚ ਲਗਾਇਆ ਅਤੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਸਮਾਂ ਰਹਿੰਦੇ ਫਾਇਰ ਬ੍ਰਿਗੇਡ ਪਹੁੰਚਦੀ ਹੈ ਤਾਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਹਾਲਾਂਕਿ 1090 ਪੇਟੀਆਂ ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ਦੇ ਵਿੱਚ ਸੇਬਾਂ ਦੀਆਂ ਲੱਦੀਆਂ ਹੋਈਆਂ ਸਨ ਜੋ ਕਿ ਸ਼੍ਰੀਨਗਰ ਤੋਂ ਗੁਹਾਟੀ ਦੇ ਲਈ ਰਵਾਨਾ ਕੀਤਾ ਗਿਆ ਸੀ। ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਜਿੱਥੇ ਟਰੱਕ ਜੋ ਹੈ ਉਹ ਸੜ ਕੇ ਸਵਾਹ ਹੋਇਆ ਉੱਥੇ ਹੀ ਕਈ ਸੇਬ ਦੀਆਂ ਪੇਟੀਆਂ ਦਾ ਵੀ ਵੱਡਾ ਨੁਕਸਾਨ ਹੋਇਆ। ਪਰ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਇਸੇ ਦੌਰਾਨ ਦੱਸ ਦਈਏ ਕਿ ਤਸਵੀਰਾਂ ਵੀ ਟਰੱਕ ਦੀਆਂ ਸਾਹਮਣੇ ਆਈਆਂ ਨੇ ਜਦੋਂ ਇਸ ਦੇ ਵਿੱਚ ਅੱਗ ਲੱਗੀ ਹੋਈ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਕਿਤੇ ਨਾ ਕਿਤੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ ਕਿਉਂਕਿ ਜਿਸ ਹਿਸਾਬ ਨਾਲ ਨੈਸ਼ਨਲ ਹਾਈਵੇ ਹੈ ਉਸ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਕਿ ਤੁਰੰਤ ਡਰਾਈਵਰ ਨੇ ਵੀ ਆਪਣੀ ਸਮਝਦਾਰੀ ਤੋਂ ਕੰਮ ਲਿਆ ਅਤੇ ਤੁਰੰਤ ਗੱਡੀ ਨੂੰ ਸਾਈਡ ਦੇ ਵਿੱਚ ਲਗਾ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਤੁਰੰਤ ਮੌਕੇ ਦੇ ਉੱਤੇ ਆ ਕੇ ਅੱਗ 'ਤੇ ਕਾਬੂ ਪਾਇਆ। ਦੱਸ ਦਈਏ ਕਿ ਹਾਦਸਾ ਨੈਸ਼ਨਲ ਹਾਈਵੇ 'ਤੇ ਫਿਲੌਰ ਦੇ ਕੋਲ ਵਾਪਰਿਆ। ਮੈਂ ਹਰਿਲ ਹੰਦਵਾਰਾ ਕਾ ਹੂੰ। ਗਾੜੀ ਸੋਪੋਰ ਸੇ ਆ ਰਹੀ ਥੀ, ਗਵਾੜੀ ਜਾਣਾ ਥਾ, ਤੇ ਸਾਰੇ ਆਗ ਯਹਾਂ ਪੇ ਲਗੇ ਥੇ ਇਧਰ ਅਚਾਨਕ ਪਿੱਛੇ। कैसे लगी, कुछ कारण का पता लगा? कुछ का पता नहीं सर लगा हमको। आग यहाँ पे लगा सर, मैंने गाड़ी इधर साइड में लगाई सर, तो इधर आग बहुत उबल गया इसको, तो फिर टायर पूरा फट गया पीछे। टायर नया था सारे सर।
और माल का भी नुकसान हो गया, गाड़ी का भी नुकसान हो गया सर। कितने का माल था गाड़ी में, कितने पेटी थी सेब की? सेब की थी सर 1090 पेटी, डब्बे उसमें थे 200 डब्बे और 900 पेटी। कितने का माल था, नुकसान कितना हो गया? मेरे ख्याल में सर माल का नुकसान हो गया मेरे ख्याल में 10-15 लाख का, और गाड़ी का भी मेरे ख्याल में नुकसान हो गया 10-15 लाख का। आप ड्राइवर हो या गाड़ी आपकी है? नहीं ड्राइवर हूँ सर। कहाँ, श्रीनगर से आ रही थी गाड़ी? हाँ सर। तो जानी कहाँ थी? गुवाहाटी। कारण का नहीं अभी पता लगा आप कैसे? कोई पता नहीं लगा सर। अकेले थे आप या आप? नहीं सर, मेरे साथ दो हेल्पर है। हाँ सर। आग लगने का पता लगते यहाँ पे रोक दी थी गाड़ी? हाँ सर। तो फायर ब्रिगेड की गाड़ी वगैरह आ गई? वो सर लेट आ गई सर, थोड़ा कुछ टाइम लग गया फायर ब्रिगेड। हाँ सर। अब ठीक है, आग बुझ गई? अब पता नहीं सर, अभी गाड़ी खाली कर रहा है, अभी कोई पता नहीं सर बुझ गया कि नहीं बुझ गया।